ਲਓ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਅਤੇ ਆਪਾਂ ਖੜੇ ਹਾਂ ਬਈ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ 'ਤੇ, ਜੋ ਕਿ ਹਰ ਬੁੱਧਵਾਰ ਹੁੰਦੀ ਆ। ਬਾਈ ਆਪਣੇ ਨਾਲ ਹੈਗਾ, ਕਿੰਨੇ ਟਰੈਕਟਰ ਲੈ ਕੇ ਆਏਗਾ, ਸਾਰੀ ਗੱਲਬਾਤ ਕਰਾਂਗੇ ਵੀਡੀਓ 'ਚ ਬਣੇ ਬਾਈ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਠੀਕ ਹੋ ਬਾਈ? ਵਧੀਆ। ਕਿੰਨੇ ਟਰੈਕਟਰ ਨੇ ਬਾਈ ਆਪਣੇ? ਟਰੈਕਟਰ ਹੈਗੇ 8-10, ਮੰਡੀ 'ਤੇ ਤਾਂ 5-6 ਲਾਏ ਆ। ਠੀਕ ਆ ਜੀ, ਅਤੇ ਬਾਕੀ ਘਰੇ ਵੀ ਖੜੇ ਨੇ? ਘਰੇ ਖੜੇ, ਹਾਂ। ਠੀਕ ਆ ਜੀ, ਅਤੇ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ? ਹਾਂ ਹਾਂ ਹੈਗੀ ਆ। ਠੀਕ ਆ ਜੀ, ਤੇ ਕਾਪੀ ਕਾਗਜ਼ਾਤਾਂ ਦੇ ਓਕੇ ਹੁੰਦੇ ਜੀ? ਹਾਂ ਹਾਂ, 1 ਨੰਬਰ ਕਾਪੀ ਕਾਗਜ਼ਾਂ ਦਾ ਰਿਕਾਰਡ ਆਪਣਾ। ਕਾਪੀ ਕਾਗਜ਼ਾਤ ਪਹਿਲਾਂ, ਸੌਦਾ ਬਾਅਦ ਚੋਂ? ਸੌਦਾ ਬਾਅਦ ਚ। ਠੀਕ ਆ ਬਾਈ ਜੀ, ਤੇ ਇੰਜਨ ਗੇਅਰ ਦੀ 100% ਗਾਰੰਟੀ ਹੋਊਗੀ? ਮੈਂ ਕਿਹਾ ਸਾਰੇ ਪਾਸੋਂ ਗਾਰੰਟੀ ਹੈ ਆਪਣੀ। ਠੀਕ ਆ ਜੀ, ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ? 9960600735। ਠੀਕ ਆ ਬਾਈ ਜੀ, ਤੇ ਲਓ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ, ਸਵਰਾਜ 855 4-star ਵਾਲੇ। ਤੇ ਕਿੰਨੇ ਮਾਡਲ ਆ? 2013 ਮਾਡਲ ਹੈ, ਕਰਲੋਸਕਰ ਇੰਜਨ ਹੈ, ਕਲਾਸਕਰ ਦੇ ਇੰਜਨ ਵਾਲਾ, ਜਿਹਦੀ ਕਹਿੰਦੇ ਡਿਮਾਂਡ ਵੀ ਵੱਧ ਲਈ ਹੈਗੀ। ਹੈਵੀ ਕਲਾਸਕਰ ਦੇ ਇੰਜਨ ਵਾਲਾ ਹੈਗਾ, 50 ਨੰਬਰ ਹੈ। ਠੀਕ ਆ ਜੀ, ਤੇ ਟਾਇਰ ਟੱਪਿਆਂ ਦੀ ਗੱਲ ਕਰੀਏ? ਟਾਇਰ 80 ਪੈਸੇ। 80 ਪੈਸੇ? ਲਓ ਬਾਈ ਜੀ, ਕੰਡੀਸ਼ਨ ਵੀ ਚੈੱਕ ਕਰ ਲਓ, ਟਰੈਕਟਰ ਦੀ ਪੂਰੀ ਓਕੇ ਪਈ ਹੈਗੀ, ਸਾਫ ਪਿਆਗਾ, ਨਵਾਂ ਪਿਆਗਾ। ਜੇ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ, ਕੁਝ ਪੂਰਾ ਇੰਜਨ ਗੇਅਰ ਦਾ ਸਾਰਾ ਗਾਰੰਟੀ ਹੈ ਪੂਰੀ ਫੁੱਲ। ਠੀਕ ਆ ਬਾਈ ਜੀ, 13 ਨੰਬਰ ਹੈ, 50 ਨੰਬਰ ਹੈਗਾ। ਹਾਂ ਠੀਕ ਆ ਬਾਈ ਜੀ, ਤੇ ਬਾਕੀ ਲੋਨ ਵਗੈਰਾ ਇਹਦੇ ਉੱਤੇ ਹੋ ਜੂਗਾ? ਹਾਂ ਹਾਂ ਹੋ ਜੂਗਾ। ਤੇ ਟਰੈਕਟਰ ਕੱਟ ਵੀ ਲਵਾਂਗੇ ਬਾਈ ਜੀ ਇਹਦੇ ਨਾਲ? ਹਾਂ, ਕੱਟ ਲਾਂਗੇ ਟਰੈਕਟਰ ਵੀ। ਠੀਕ ਆ ਜੀ, ਤੇ ਕੀ ਡਿਮਾਂਡ ਆ ਬਾਈ ਜੀ ਇਹਦੀ? 4,85,000 ਰੁਪਏ। ਠੀਕ ਆ ਜੀ, ਤੇ ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ? ਹਾਂ ਠੀਕ ਆ ਬਾਈ ਜੀ, ਤੇ ਲਓ ਬਾਈ ਜੀ ਅਗਲਾ ਇੱਕ ਹੋਰ ਸਵਰਾਜ 855, ਇਹ ਵੀ 4-star ਆ। ਮੈਨੂੰ ਲੱਗਦਾ ਜ਼ਿਆਦਾਤਰ ਤੁਸੀਂ ਕੰਮ 855 ਦੀ ਵਰਤੋਂ ਕਰਦੇ? ਹਾਂ ਹਾਂ ਹਾਂ। ਠੀਕ ਆ ਬਾਈ ਜੀ, ਤੇ ਇਹ ਕਿੰਨੇ ਮਾਡਲ ਆ ਬਾਈ? ਇਹ 2011 ਮਾਡਲ ਹੈ। ਠੀਕ ਆ ਜੀ, ਪੂਰਾ ਨਵਾਂ ਟਰੈਕਟਰ, ਜਿੰਨਾ ਕਹਿੰਦੇ ਉਨਾ ਹੀ ਨਵਾਂ ਹੈ। ਉਨੇ ਹੀ ਨਵਾਂਗਾ, ਪੂਰਾ ਸਾਫ ਪਿਆਗਾ। ਹਾਂ, ਕਿੰਨੇ ਮਾਡਲ ਦਾ? ਸ਼ੋਰੂਮ ਕੰਡੀਸ਼ਨ ਹੈ ਜਮਾ ਦੀ, 11 ਮਾਡਲ ਹੈ। 11 ਮਾਡਲ? ਹਾਂ, ਲਵੇ ਕੰਡੀਸ਼ਨ ਸਾਰਾ ਓਰੀਜਨਲ, ਦੇਖ ਚਮਕਦਾ, ਪੂਰਾ ਚਮਕਦਾਗਾ। ਕੰਡੀਸ਼ਨ ਜਿਵੇਂ ਆਪਾਂ ਕਹਿ ਦਈਏ, ਰਿਵਰਸ ਪੀਟੀਓ ਹੈ, ਰਿਵਰਸ ਪੀਟੀਓ ਹੈ, ਤੇ ਸਿੰਪਲ ਸਟੀਅਰਿੰਗ ਵਾਲਾ ਹੈ। ਹਾਂ ਠੀਕ ਹੈ ਜੀ, ਤੇ ਟਾਇਰ ਟੱਪੇ ਟਾਇਰ 80-85 ਪੈਸੇ। ਠੀਕ ਹੈ ਜੀ, ਤੇ 14 ਦੇ ਟਾਇਰਾਂ 'ਚ ਜੀ? ਕਰਲੋਸਕਰ ਇੰਜਨ ਹੈ ਵੀ, 14 ਦੇ ਟਾਇਰ। ਠੀਕ ਹੈ ਜੀ, ਤੇ ਬੇਲਟ ਵਗੈਰਾ ਵੀ ਲੱਗੇ ਹੋਣਗੇ, ਤੇ ਜਿਵੇਂ ਕਹਿੰਦੇ ਕਈ ਵੀਰ ਤਾਂ ਬੇਲਟ ਹੀ ਲਾ ਲੈਂਦੇ ਨੇਗੇ। ਇੰਜਨ ਇਹਦਾ ਵੀ ਕਰਲੋਸਕਰ ਹੈ, ਇੰਜਨ ਇਹਦਾ ਵੀ ਕਲੋਸ ਕਰੇਗਾ, ਤੇ 4-star ਵਾਲਾ ਹੈ। ਕੀ ਡਿਮਾਂਡ ਆ ਬਾਈ ਜੀ? 3,95,000 ਰੁਪਏ। ਠੀਕ ਹੈ, ਇਹ ਵੀ 50 ਨੰਬਰ 'ਚ ਆ ਗਿਆ। ਹਾਂ, 3,95,000 ਰੁਪਏ ਡਿਮਾਂਡ ਆ। ਬਾਕੀ ਕੰਡੀਸ਼ਨ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਬਾਈ, ਟਰੈਕਟਰ ਕੋਕਾ ਪੀਸ ਪਿਆਗਾ। ਤੇ ਅਗਲਾ ਬਾਈ ਜੀ, ਸੋਨਾਲੀਕਾ, ਸੋਨਾਲੀਕਾ ਹਾਂ, HDM ਵਾਲਾ, ਇਹ ਤਾਂ ਮੈਨੂੰ ਲੱਗਦਾ ਜਮੀ ਨਵੇਂ ਹੈਗਾ, ਚਾਰੇ ਟਾਇਰ ਨਵੇਂ, ਚਾਰੇ ਟਾਇਰ ਵੀ ਨਵੇਂ ਨੇਗੇ। ਲੈ ਬਾਈ ਜੀ, ਜਿਵੇਂ ਆਪਾਂ ਕਰੀਏ ਮੰਡੀ 'ਚ ਪਾ ਕੇ ਲਿਆ ਕੇ ਦੇਖੇ ਨੇਗੇ, ਤੇ ਬਿੱਲ ਵਗੈਰਾ ਮਿਲ ਜੂ ਜੀ ਇਹਦਾ ਵੀ? ਹੈ, ਟਾਇਰਾਂ ਦਾ ਬਿੱਲ ਵਗੈਰਾ ਮਿਲ ਜੂਗਾ? ਨਹੀਂ ਯਾਰ, ਫੜਿਆ ਨਹੀਂ ਕੋਈ, ਮਿਲਿਆ ਦੁਕਾਨਦਾਰ ਤੋਂ ਬਿੱਲ, ਹੋ ਸਕਦਾ ਮਿਲ ਜੇ। ਠੀਕ ਹੈ ਜੀ, ਮਿਲ ਜੇ। ਤੇ PV13 ਸੰਗਰੂਰ ਦਾ ਨੰਬਰ ਆ ਬਾਈ ਜੀ। ਹਾਂ, ਚਲੋ ਬਾਈ ਜੀ, ਕੰਡੀਸ਼ਨ ਚੈੱਕ ਜ਼ਰੂਰ ਕਰ ਲਓ, ਪਾਵਰ ਸਟੀਅਰਿੰਗ ਆ, ਫੁੱਲ ਟਾਪ ਮਾਡਲ ਆ। ਜੇ ਮਾਡਲ ਦੀ ਗੱਲ ਕਰੀਏ, ਕਿੰਨੇ ਮਾਡਲ? 2016 ਮਾਡਲ। ਦੇਖ ਲਓ ਜੀ, ਗੱਪ ਤਾਂ ਨਹੀਂ ਮਾਰੀ ਜਾਂਦੀ? ਨਹੀਂ ਨਹੀਂ, 16 ਮਾਡਲ ਹੈ, ਪੂਰਾ ਨਵਾਂ ਪਿਆ ਬਾਈ ਜੀ, ਪੂਰਾ ਸਾਫ ਟਰੈਕਟਰ ਪਿਆਗਾ। ਜਿਵੇਂ ਆਪਾਂ ਕਹਦੇ ਬਾਈ ਜੀ, 21-22 ਮਾਡਲ ਵਾਲੀ ਕੰਡੀਸ਼ਨ ਵੀ ਆ ਟਰੈਕਟਰ ਦੀ। ਲਓ ਕੰਡੀਸ਼ਨ ਚੈੱਕ ਵੀ ਕਰ ਲਓ, ਤੇ ਕੀ ਡਿਮਾਂਡ ਆ ਬਾਈ ਜੀ ਇਹਦੀ? 4,85,000 ਰੁਪਏ। ਠੀਕ ਹੈ, 4,85,000 ਰੁਪਏ ਡਿਮਾਂਡ ਹੈਗੀ, ਤੇ ਬਾਕੀ ਵੀ ਮੌਕੇ ਤੇ ਹੋ ਜੂਗਾ। ਤੇ ਬਾਕੀ ਲੋਨ ਵਗੈਰਾ ਦੀ ਫੈਸਿਲਿਟੀ ਬਾਈ ਕੋਲ ਹੈਗੀ ਹੈਗੀ। ਤੇ ਅਗਲਾ ਬਾਈ ਜੀ, ਫਾਰਮ ਟਰੈਕ 2012 ਮਾਡਲ, ਇਹ ਸੁਪਰ ਮੈਕਸ ਵਾਲਾ ਆ ਗਿਆ। ਸੁਪਰ ਮੈਕਸ, ਹਾਂ ਠੀਕ ਹੈ ਜੀ। ਇਹਦਾ ਨੰਬਰ ਸਰਸੇ ਦਾ, ਇਹਦਾ ਸਰਸੇ ਦਾ ਨੰਬਰ 24-0114। ਠੀਕ ਹੈ ਜੀ, ਹਰਿਆਣਾ ਨੰਬਰ ਤੇ ਆ ਗਿਆ। ਹਾਂ, ਤੇ ਸਰਸਾ ਲੋਕਲ ਹੀ ਹੈਗਾ। ਠੀਕ ਹੈ ਜੀ, ਤੇ 12 ਮਾਡਲ ਇਹਨੂੰ ਅਸੀਂ ਇੱਥੋਂ ਹੱਥ ਮਿਲਦੀ ਹੈ ਜੀ। ਠੀਕ ਹੈ ਜੀ, ਹਾਂ, ਤੇ ਟਾਇਰ ਟੱਪਿਆਂ ਦੀ ਗੱਲ ਕਰੀ ਬਾਈ ਜੀ? ਟਾਇਰ ਹੈਗੇ 80 ਪੈਸੇ ਦੇ। ਠੀਕ ਹੈ, 80 ਪੈਸੇ ਟਾਇਰ ਪੈਣਗੇ। ਤੇ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਵੀ ਟਰੈਕਟਰ ਦੀ, ਸੈਂਟਰ ਗੇਅਰ 'ਚ ਆ ਗਿਆ, ਤੇ ਮਾਡਲ ਹੈਗਾ ਬਾਈ ਜੀ 12। ਤੇ ਲਓ ਵੀ ਕੰਡੀਸ਼ਨ ਚੈੱਕ ਕਰੋ, ਟਰੈਕਟਰ ਦੀ ਪੂਰਾ ਨਵੇਂ ਵਰਗਾ ਟਰੈਕਟਰ ਪਿਆਗਾ ਜਮਾਂ। ਤੇ ਪਾਵਰ ਸਟੀਅਰਿੰਗ 'ਚ ਆ ਗਿਆ ਜੀ? ਹਾਂ ਹਾਂ, ਪਾਵਰ ਸਟੀਅਰਿੰਗ। ਠੀਕ ਹੈ, ਤੇ ਕੀ ਡਿਮਾਂਡ ਆ ਜੀ ਇਹਦੀ? ਇਹਦਾ ਹੈਗਾ 3,95,000 ਰੁਪਏ। ਠੀਕ ਹੈ ਜੀ, 3,95,000 ਰੁਪਏ ਡਿਮਾਂਡ ਆ ਗਈ ਬਾਈ। ਲਓ ਵੀ ਤੇ ਕੰਡੀਸ਼ਨ ਪੂਰੀ ਘੈਂਟ ਪਈ ਹੈਗੀ, ਸਾਫ ਪਿਆਗਾ। ਤੇ ਬਾਕੀ ਅਗਲਾ ਜੀ, 855। ਹਾਂ, 17 ਮਾਡਲ, 17 ਮਾਡਲ। ਤੇ ਜਿੰਨੇ ਆਪਾਂ ਕਹਿ ਦਈਏ ਨਾ,
ਕਿਹੜਾ ਮਰਜ਼ੀ 855 ਲਵਾ ਆਪਾਂ। ਹਾਂ ਹਾਂ ਟਾਇਰੇ ਦੇ 80-85 ਪੈਸੇ। ਠੀਕ ਹੈ ਜੀ। 2017 ਮਾਡਲ ਹੈ। 2017 ਮਾਡਲ ਤੇ ਸੈਂਟਰ ਗੇਅਰ ਚ ਆ ਕੇ ਬਾਕੀ ਕੰਡੀਸ਼ਨ ਇੱਕ ਵਾਰੀ ਓਕੇ ਜ਼ਰੂਰ ਕਰ ਲਓ। ਪੂਰਾ ਨਵਾਂ ਟਰੈਕਟਰ ਹੈ। ਪੂਰਾ ਨਵਾਂ ਟਰੈਕਟਰ ਹੈਗਾ, 4 ਸਟਾਰ ਚ ਆ ਗਿਆ। 5.5 ਲੱਖ ਰੁਪਈਆ ਰੇਟ ਹੈ ਇਹਦਾ। 5.5 ਲੱਖ ਰੁਪਈਆ ਲੈ ਬਈ ਜੀ। ਜੇ ਤੁਸੀਂ ਕਹਿਣੇ ਹੋਗੇ ਵੀ ਨਵਾਂ ਟਰੈਕਟਰ ਖਰੀਦਣਾ ਹੈਗਾ 17 ਮਾਡਲ, ਠੀਕ ਹੈ ਜੀ, ਆਹ ਦੇਖੋ ਕੰਡੀਸ਼ਨ ਦਾ ਕੋਕਾ ਪੀਸ ਟਰੈਕਟਰ ਪਿਆਗਾ, ਪੂਰਾ ਸਾਫ ਹੈਗਾ। ਇਹਦਾ 4 ਨੰਬਰ ਹੈ, NOC ਮਿਲ ਜੂਗੀ। ਇਹਦਾ ਵੀ ਹਰਿਆਣਾ ਨੰਬਰ ਹੈਗਾ, NOC ਮਿਲ ਜੂਗੀ ਇਹਦੀ। ਠੀਕ ਹੈ, ਹੱਥੋਂ ਹੱਥ NOC ਬਈ, ਤੇ ਬੀਮੇ ਦਾ ਖਰਚਾ ਬਈ ਅਗਲੇ ਰਹੂਗਾ ਬਈ। ਇਹ ਆ ਗਿਆ 2018 ਮਾਡਲ। ਇਹ 18 ਮਾਡਲ ਹੈਗਾ, ਇਹਦੇ ਵੀ 80 ਪੈਸੇ ਟਾਇਰ ਹੈਗੇ। ਠੀਕ ਹੈ ਜੀ। ਇਹ ਤਾਂ ਡਿਮਾਂਡ ਵੀ ਵੱਧ ਰਹੀ ਹੈਗਾ, ਦੇਗੀ ਚੁੱਲ੍ਹੇ ਵਾਲਾ ਨਾ ਜੀ। ਹਾਂ ਹਾਂ, ਚੁੱਲ੍ਹਾ ਦੂਜਾ ਬਦਲ ਗਿਆ ਲੈ ਵੀ, ਦੇਗੀ ਚੁੱਲ੍ਹੇ ਵਾਲਾ ਹੈਗਾ, ਇਹਦੀ ਡਿਮਾਂਡ ਵੱਧ ਹੈਗੀ ਜਿਹਨੂੰ ਇਹਦੇ। ਫਿਰ ਬਸ ਪੀਟੀਓ, ਤੇਲ, ਬ੍ਰੇਕਾਂ, ਪਾਵਰ ਸਟੀਅਰਿੰਗ। ਹਾਂ ਠੀਕ ਹੈ ਜੀ। HR ਨੰਬਰ ਇਹਦਾ ਵੀ, NOC ਮਿਲ ਜੂਗੀ। ਠੀਕ ਹੈ ਜੀ, NOC ਇਹਦੀ ਵੀ ਮਿਲ ਜੂਗੀ। 4 ਸਟਾਰ 5,88,000 ਰੁਪਏ ਰੇਟ ਹੈ ਇਹਦਾ। ਠੀਕ ਹੈ ਜੀ। ਤੇ ਇੰਜਨ ਗੇਅਰ ਦਾ ਜੀ? ਸਹੀ ਹੈ ਜਮਾ। ਠੀਕ ਹੈ ਜੀ। ਤੇ ਬਾਕੀ ਤੁਸੀਂ ਮੈਟ ਵਗੈਰਾ ਵੀ ਦੇਖ ਸਕਦੇ ਹੋ, ਪੂਰਾ ਸਾਫ ਹੈਗਾ, ਨਵਾਂ ਵਾਂਗੂ ਪਿਆ ਟਰੈਕਟਰ ਬਈ। ਤੇ ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ। ਤੇ ਕੀ ਡਿਮਾਂਡ ਬਈ ਜੀ? ਇਹ ਸ਼ਨ ਇਹਦੀ 5,88,000 ਰੁਪਇਆ। ਠੀਕ ਹੈ ਜੀ। ਤੇ ਅਗਲਾ ਬਈ ਜੀ, ਸਵਰਾਜ 855 96 ਮਾਡਲ, 96 ਡਬਲ ਕਲਚ, ਜਿਵੇਂ ਆਪਾਂ ਕਹਿ ਦਈਏ ਪੂਰਾ ਪੁਰਾਣਾ ਮਾਡਲ ਇਹਦਾ, ਜਿਵੇਂ ਕਹਿ ਦਈਏ ਇਹਨਾਂ ਤੋਂ ਸਟਾਰਟਿੰਗ ਹੋਣ ਵਾਲਾ ਕੰਮ ਹੈ। ਹਾਂ ਹਾਂ ਹਾਂ, 96 ਮਾਡਲ, 75 ਪੈਸੇ ਟਾਇਰ। ਠੀਕ ਹੈ ਜੀ, 75 ਪੈਸੇ ਟਾਇਰ ਜੀ ਲੈ ਵੀ। ਤੇ ਗੜਿਆ ਫੜਿਆ ਕੋਈ ਨਹੀਂ ਹੈਗਾ, ਕੰਡੀਸ਼ਨ ਚੈੱਕ ਜ਼ਰੂਰ ਕਰ ਲਓ। ਟਰੈਕਟਰ ਪੂਰਾ ਵਧੀਆ ਪਿਆ ਹੈਗਾ, ਜਿਵੇਂ ਆਪਾਂ ਘੱਟ ਜੀ ਵਗੈਰਾ ਵਾਲਾ, ਅੰਦਰ ਪੰਪ ਵਾਲਾ ਜਾਣਾ ਜੀ। ਹਾਂ ਠੀਕ ਹੈ, ਸਾਦੇ ਸਟੇਅਰਿੰਗ। ਕੀ ਡਿਮਾਂਡ ਹੈ ਜੀ ਇਹਦੀ? ਇਹਦੀ 2 ਲੱਖ ਰੁਪਇਆ। 2 ਲੱਖ ਰੁਪਇਆ ਲੈ ਵੀ, 96 ਮਾਡਲ, 2 ਲੱਖ ਰੁਪਇਆ ਡਿਮਾਂਡ ਹੈ। ਜੇ ਬਾਕੀ ਕਹੇ ਮਾਨ ਤੋਂ ਬਗੈਰ ਹੈ, ਮਾਨ ਤਾਂ ਹੋ ਜੂਗਾ। ਕਿੱਥੇ ਤੱਕ ਸੜ ਦੇਗਾ ਜੀ? 85,000 ਦਾ ਹੋ ਜੂ। 85,000 ਦਾ ਸੜ ਦੇ। ਠੀਕ ਹੈ, 15,000 ਰੁਪਇਆ ਸੜ ਦਾਂਗੇ ਬਾਈ ਕਹਿੰਦਾ। ਤੇ ਹੋਰ ਕਿਹੜੇ ਕਿਹੜੇ ਟਰੈਕਟਰ ਨੇ ਬਾਈ? ਹੋਰ ਆਪਣੇ ਕੋਲੇ ਖੜੇ ਆ ਇੱਕ 15 ਮਾਡਲ ਖੜਾ। ਠੀਕ ਹੈ ਜੀ। ਤੇ ਇੱਕ 14 ਮਾਡਲ ਖੜਾ ਕਰਲੋਸਕਰ ਇੰਜਨ ਘਰੇ। ਠੀਕ ਹੈ ਜੀ। ਤੇ ਇੱਕ ਖੜਾ ਹੈਗਾ ਸੋਨਾਲੀਕਾ 19 ਮਾਡਲ, 35 ਵਾਲਾ। 35 ਵਾਲਾ 19 ਮਾਡਲ। ਹਾਂ। ਤੇ ਕਿੰਨਾ ਕੁ ਚੱਲਿਆ ਹੋਇਆ ਬਾਈ ਜੀ? ਉਹ ਚੱਲਿਆ ਥੋੜਾ ਹੀ ਆ ਉਹ। ਠੀਕ ਹੈ ਜੀ। ਤੇ ਦੂਜਾ ਇੱਕ ਖੜਾ ਹੈਗਾ ਏਸ 450, 11 ਮਾਡਲ। 11 ਮਾਡਲ। ਹਾਂ। ਠੀਕ ਹੈ। ਕੀ ਡਿਮਾਂਡ ਹੈ ਟਾਇਰ ਟੱਪਿਆਂ ਦਾ ਕਿਵੇਂ ਜੀ? ਟਾਇਰ ਇਸ ਦੇ ਹੈਗੇ 80 ਪੈਸੇ ਟਾਇਰ। ਠੀਕ ਹੈ ਜੀ। ਤੇ ਉਹਦੇ 90-95 ਬਸੇ ਹੈਗੇ ਨਾਲ ਦੇ। ਨਾਲ ਦੇ? ਹਾਂ, ਸੋਨਾਲੀਕਾ ਦੇ। ਸੋਨਾਲੀਕਾ ਦੇ ਨਾਲ ਦੇ। ਠੀਕ ਹੈ ਜੀ। 16 ਦੇ ਟਾਇਰਾਂ ਜੀ? ਨਾ ਨਾ, 14 ਦੇ। 13 ਦੇ? 13 ਦੇ ਟਾਇਰ। ਹਾਂ ਠੀਕ ਹੈ ਬਾਈ। ਤੇ ਇੰਜਨ ਕਰੋ ਪੱਕਾ ਓਕੇ ਨੇਗੇ? ਹਰਿਆਣਾ ਨੰਬਰ ਨਹੀਂ ਜੀ? ਨਾ, ਇਸ ਦਾ ਤਾਂ ਹੈਗਾ ਪੰਜਾਬ ਨੰਬਰ, ਸੋਨਾਲੀਕਾ ਦਾ ਹੈਗਾ ਹਰਿਆਣਾ ਨੰਬਰ। ਠੀਕ ਹੈ ਬਾਈ ਜੀ। ਤੇ ਕੀ ਡਿਮਾਂਡ ਹੈ ਜੀ ਉਹਨਾਂ ਦੀ? ਉਹਨਾਂ ਦੀ ਹੈਗੀ ਹੈਗੀ ਸੋਨਾਲੀਕਾ ਦਾ ਹੈਗਾ 4,75,000 ਰੁਪਏ ਰੇਟ। ਠੀਕ ਹੈ ਜੀ। ਤੇ ਇਸ ਦੀ ਹੈਗੀ 2.5 ਲੱਖ ਰੁਪਏ, ਡਬਲ ਕਲੱਚ ਹੈ, 11 ਮਾਡਲ ਹੈ, ਪੰਜਾਬ ਨੰਬਰ ਹੈ। ਠੀਕ ਹੈ ਜੀ। ਆਲ ਓਰੀਜਨਲ ਇੰਜਨ ਹੈਗਾ? ਹਾਂ, ਮਗਰਾੜ ਜੇ ਮਾੜੇ ਮੋਟੇ ਪੇਂਟ। ਠੀਕ ਹੈ ਜੀ, ਮਤਲਬ ਕਿ 10 ਕੇ ਦੇਣ ਵਾਲਾ ਕੰਮ ਹੈ। ਹਾਂ ਹਾਂ। ਤੇ ਬਾਕੀ ਇੱਕ ਵਾਰੀ ਬਾਈ ਜੀ, ਜੇ ਫੋਟੋਆਂ ਮੰਗਵਾਉਣੀਆਂ ਸਕਰੀਨ ਉੱਪਰ ਨੰਬਰ ਹੈਗਾ, ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ। ਤੇ ਕਿੰਨੇ ਨੰਬਰ ਪਲਾਟ ਖੜੇ ਬਾਈ ਜੀ? ਇਹ 13 ਨੰਬਰ ਪਲਾਟ। ਇਹ 13 ਨੰਬਰ। ਤੇ ਸਹੀ ਲੋਕੇਸ਼ਨ ਬਾਈ ਜੀ ਆਪਣੀ ਕੀ ਹੈ ਜੀ? ਲੋਕੇਸ਼ਨ ਟਰੈਕਟਰ ਦਾ ਵੈਸੇ ਇੱਥੇ ਹੀ ਹੁੰਦੇ, ਆਪਣੇ ਜਿਹੜੇ ਉਹ ਘਰੇ ਖੜੇ ਆ ਉਹ ਘਰੇ ਹੈਗੇ। ਹਾਂ ਠੀਕ ਹੈ ਜੀ। ਤੇ ਨਹੀਂ ਵੈਸੇ ਦੂਜੇ ਇੱਥੇ ਹੀ ਖੜੇ ਹੁੰਦੇ ਹੈਗੇ ਨੋਰੇ ਚ। ਠੀਕ ਹੈ ਬਾਈ ਜੀ। ਹਾਂ ਠੀਕ ਹੈ ਬਾਈ ਜੀ, ਧੰਨਵਾਦ। ਥੈਂਕ ਯੂ, ਧੰਨਵਾਦ। ਲਓ ਬਾਈ ਜੀ, ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦੇ ਕਿਸੇ ਨਵੀਂ ਵੀਡੀਓ, ਤਦ ਤੱਕ ਲਈ ਧੰਨਵਾਦ।